ਗਾਂਧੀ ਬੋਰਡ ਲਾਗੂ ਕਰੋ, ਸਮਝੌਤਾ ਬੰਦ ਕਰੋ, ਅਮਰੀਕਾ ਸਮਝੌਤਾ ਬੰਦ ਕਰੋ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਤਰੀਕ ਨੂੰ ਭਾਰਤ ਆਉਣ ਵਾਲੇ ਨੇ। ਭਾਰਤ ਅਤੇ ਅਮਰੀਕਾ ਦੇ ਵਿੱਚ ਕਿਸਾਨੀ ਉਤਪਾਦਾਂ ਨੂੰ ਲੈ ਕੇ ਹੋ ਰਹੇ ਸਮਝੌਤਿਆਂ ਦੇ ਖਿਲਾਫ ਕਿਸਾਨਾਂ ਦੇ ਅੰਦਰ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਇਸੇ ਦੇ ਚਲਦੇ ਰਾਸ਼ਟਰੀ ਕਿਸਾਨ ਸੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰ ਦੇ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧਪੁਰਾ ਦੇ ਵੱਲੋਂ ਇੱਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਗਿਆ ਹੈ। ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੇ ਹਿੱਤ ਦੇ ਬਾਰੇ ਸੋਚਿਆ ਜਾਵੇ ਅਤੇ ਕੋਈ ਵੀ ਸਮਝੌਤਾ ਨਾ ਕੀਤਾ ਜਾਵੇ। ਦੱਸਣਯੋਗ ਹੈ ਕਿ ਮੰਗ ਪੱਤਰ ਦੇਣ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਤੇ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਦੇਸ਼ ਦਾ ਕਿਸਾਨ ਪਹਿਲਾਂ ਹੀ ਮਰ ਰਿਹਾ, ਉੱਤੋਂ ਦੀ ਪ੍ਰਧਾਨ ਮੰਤਰੀ ਅਮਰੀਕਾ ਦੇ ਨਾਲ ਇੱਕ ਅਜਿਹਾ ਸਮਝੌਤਾ ਕਰਨ ਜਾ ਰਹੇ ਨੇ ਜਿਸ ਦੇ ਚਲਦੇ ਵਿਦੇਸ਼ੀ ਉਤਪਾਦਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਅਤੇ ਇਹ ਦੇਸ਼ ਦੇ ਕਿਸਾਨ ਦੇ ਉੱਤੇ ਸਿੱਧੀ ਮਾਰ ਹੋਵੇਗੀ। ਜਿਹੜਾ ਅਸੀਂ ਅੱਜ ਮੰਗ ਪੱਤਰ ਦੇਣ ਜਾ ਰਹੇ ਹਾਂ ਡੀਸੀ ਸਾਹਿਬ ਨੂੰ, ਇਹ ਜੋ ਅਮਰੀਕਾ ਦਾ ਸਮਝੌਤਾ ਹਿੰਦੁਸਤਾਨ ਨਾਲ ਹੋ ਰਿਹਾ 24-25 ਨੂੰ, ਟਰੰਪ ਸਾਹਿਬ ਇੱਥੇ ਆ ਰਹੇ ਅਮਰੀਕਾ ਦੇ ਰਾਸ਼ਟਰਪਤੀ, ਅਸੀਂ ਉਸ ਸਮਝੌਤੇ ਦਾ ਵਿਰੋਧ ਕਰਦੇ ਹਾਂ ਕਿਉਂਕਿ ਉਸ ਸਮਝੌਤੇ ਦੇ ਵਿੱਚ ਜੋ ਐਗਰੀਕਲਚਰ ਹੈ ਉਹਦੇ 'ਤੇ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ। ਕਿਸਾਨ ਪਹਿਲਾਂ ਹੀ ਆਤਮ ਹੱਤਿਆ ਦੇ ਰਾਹ ਪਿਆ ਜੇਕਰ ਉਹ ਬਗੈਰ ਟੈਕਸ ਤੋਂ ਸਮਝੌਤਾ ਹੋ ਕੇ ਉਹਨਾਂ ਦੀ ਜੋ ਕੁਛ ਵੀ ਜਿਹੜੇ ਪ੍ਰੋਡਕਟ ਇੱਥੇ ਆਉਂਦੇ ਆ ਉਹ ਕਿਸਾਨ ਦੇ ਵਿਰੋਧੀ ਹੈ, ਜੇਕਰ ਉਹ ਆਉਂਦੇ ਆ ਤਾਂ ਕਿਸਾਨ ਦਾ ਬਹੁਤ ਹੀ ਮੰਦਾ ਹਾਲ ਹੋ ਜੂਗਾ, ਇੱਥੋਂ ਦਾ ਮੰਡੀਕਰਨ ਆ ਜਿਹੜਾ ਉਹ ਬਹੁਤ ਜ਼ਿਆਦਾ ਗਿਰ ਜੂਗਾ ਅਤੇ ਕਿਸਾਨ ਆਤਮ ਹੱਤਿਆ ਦੇ ਰਾਹ ਪਿਆ, ਆਤਮ ਹੱਤਿਆਵਾਂ ਹੋਰ ਹੋਣਗੀਆਂ। ਇਸ ਕਰਕੇ ਕਿਸਾਨਾਂ ਨੂੰ ਬਚਾਉਣ ਵਾਸਤੇ ਅੱਜ ਦਾ ਸਾਡਾ ਜਿਹੜੇ ਅਸੀਂ ਮੰਗ ਪੱਤਰ ਆ ਉਹ ਪੰਜਾਬ ਲੈਵਲ 'ਤੇ ਹਿੰਦੁਸਤਾਨ ਲੈਵਲ 'ਤੇ ਦੇ ਰਹੇ ਹਾਂ। ਜੇਕਰ ਸਾਡੇ ਇਹਨਾਂ ਮੰਗ ਪੱਤਰਾਂ ਤੋਂ ਬਾਅਦ ਵੀ ਕੋਈ ਮਤਲਬ ਨਹੀਂ ਹੁੰਦਾ ਗਾ, ਸੁਣਵਾਈ ਸਾਡੀ ਨਹੀਂ ਹੁੰਦੀ, ਇੱਥੋਂ ਦੀ ਹਿੰਦੁਸਤਾਨ ਦੀ ਸਰਕਾਰ ਉਸ ਸਮਝੌਤੇ ਤੋਂ ਨਹੀਂ ਟਲਦੀ, ਤਾਂ ਅਸੀਂ ਅਗਲਾ ਸੰਘਰਸ਼ ਇਸ ਤੋਂ ਵੱਡਾ ਵਿੱਢਾਂਗੇ, ਜੋ ਵੀ ਸਾਨੂੰ ਜਿਸ ਤਰ੍ਹਾਂ ਦਾ ਵੀ ਸਾਨੂੰ ਪੰਜਾਬ ਕਮੇਟੀ ਦਾ ਮਹਾਂਸੰਘ ਦਾ ਜੋ ਭਾਰਤ ਦਾ ਮਹਾਂਸੰਘ ਬਣਿਆ ਜੋ ਸਾਨੂੰ ਸੁਨੇਹਾ ਆਊਗਾ ਮੈਸੇਜ ਆਊਗਾ ਅਸੀਂ ਉਸੇ ਤਰੀਕੇ ਨਾਲ ਹੀ ਅਗਲਾ ਸੰਘਰਸ਼ ਵਿੱਢਾਂਗੇ। ਮੇਰਾ ਨਾਮ ਇੰਦਰਜੀਤ ਸਿੰਘ ਘਣੀਆ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਦਾ ਜਨਰਲ ਸੈਕਟਰੀ ਮੈਂ। ਜਦ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਸਮਝੌਤਾ ਜੋ ਹੋਣ ਜਾ ਰਿਹਾ ਭਾਰਤ ਪਾਕ ਇਹਦੇ ਅਮੈਰੀਕਾ ਦੇ ਦਰਮਿਆਨ, ਉਸ ਦਾ ਅਸੀਂ ਵਿਰੋਧ ਕਰਨ ਲੱਗੇ ਹਾਂ। ਵੇਖੋ ਅੱਗੇ ਵੀ ਬਹੁਤ ਸਾਰੇ ਸਮਝੌਤੇ ਹੋਏ, ਬੇਸ਼ੱਕ ਉਹ ਗਾਈਡ ਸਮਝੌਤਾ ਸੀ, WTO ਜਾਂ ਪਿੱਛੇ ਜੇ RCEP ਹੋਣ ਜਾ ਰਿਹਾ, ਹੋਰ ਵੀ ਸਮਝੌਤੇ ਹੋਏ। ਇਹਨਾਂ ਸਮਝੌਤਿਆਂ ਦੇ ਤਹਿਤ ਕੀ ਹੈ, ਜਿਹੜਾ ਭਾਰਤ ਦਾ ਕਿਸਾਨ ਹੈ ਉਹ ਬਰਬਾਦ ਹੋ ਰਿਹਾ। ਅੱਜ ਭਾਰਤ ਦੇ ਕਿਸਾਨ ਦੀ ਐਡੀ ਮਾੜੀ ਦੁਰਦਸ਼ਾ, ਹਰ ਰੋਜ਼ ਖੁਦਕੁਸ਼ੀਆਂ ਹੋ ਰਹੀਆਂ ਵੱਡੇ ਪੱਧਰ 'ਤੇ, ਤਾਂ ਅਜਿਹਾ ਇਹ ਇੱਕ ਨੀਤੀ ਦੇ ਤਹਿਤ ਵਿਦੇਸ਼ੀ ਜਿਹੜੇ ਉਤਪਾਦ ਲਿਆ ਕੇ ਮੰਡੀ ਦੇ ਵਿੱਚ ਉਤਾਰਦੇ ਨੇ ਅਤੇ ਜਿਹੜੇ ਪੰਜਾਬ ਦੇ ਕਿਸਾਨ ਦੀ ਉਪਜ ਹੈ ਉਹਨੂੰ ਸਿੱਧਾ ਮੰਡੀ ਦੇ ਵਿੱਚ ਉਜਾੜਾ ਹੈ ਹੋਰ ਬਹੁਤ ਵੱਡਾ। ਅੱਗੇ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ, ਜੇਕਰ ਇਹੋ ਜਿਹੇ ਸਮਝੌਤਿਆਂ ਨੇ ਪਹਿਲਾਂ ਹੀ ਕਿਸਾਨ ਨੂੰ ਦੇਸ਼ ਨੂੰ ਉਜਾੜਿਆ, ਜੇ ਹੋਰ ਸਮਝੌਤੇ ਇਹੋ ਜਿਹੇ ਆਉਂਦੇ ਹੈ ਤਾਂ ਜਿਹੜਾ ਹੈਗਾ ਦੇਸ਼ ਦਾ ਕਿਸਾਨ ਇਦੋਂ ਵੀ ਵੱਡੇ ਪੱਧਰ 'ਤੇ ਖੁਦਕੁਸ਼ੀ ਕਰੂਗਾ ਔਰ ਜਿਹੜਾ ਹੈਗੀ ਦੇਸ਼ ਦੀ ਜਿਹੜੀ ਅੰਨਦਾਤੇ ਦੀ ਹਾਲਤ ਹੈ ਉਹ ਇਦੋਂ ਵੀ ਮਾੜੀ ਹੋਵੇ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।